ਪਿਛਲੇ 20 ਸਾਲ ਤੋਂ ਮੈਂ ਤੁਹਾਡਾ ਸੇਵਾਦਾਰ ਰਿਹਾ, ਤਾਬੇਦਾਰ ਰਿਹਾ ਔਰ ਤੁਹਾਡਾ ਪਿਆਰ ਹਮੇਸ਼ਾ ਮਿਗੀ ਮਿਲਿਆ ਔਰ ਤੁਸੀਂ ਮਿਗੀ ਭਰਪੂਰ ਪਿਆਰ ਦਿੱਤਾ। ਮੇਰੇ ਲਈ ਨਗਰੋਟਾ ਦੇ ਲੋਕ ਇਲੈਕਸ਼ਨ ਨਹੀਂ ਹੈ, ਵੋਟ ਨਹੀਂ ਹੈ, ਮੇਰਾ ਤੁਸੀਂ ਪਰਿਵਾਰ ਹੋ ਔਰ ਉਸ ਪਰਿਵਾਰ ਦਾ ਨੌਕਰ ਮੈਂ। ਉਸ ਪਰਿਵਾਰ ਦਾ ਨੌਕਰ ਹਾਂ, ਤੁਸੀਂ ਉਸ ਪਰਿਵਾਰ ਦੇ ਮਾਲਕ ਹੋ। ਹਰ ਆਦਮੀ ਜਿਸਦੇ ਆਪਣੇ ਚਰਨੇ ਦੀ ਧੂਲ ਦਿਖੇਗਾ ਤੇ ਦਵਿੰਦਰ ਸਿੰਘ ਰਾਣਾ ਕੀ ਪਾਏਗਾ, ਮੈਂ ਤੁਹਾਡੇ ਚਰਨੇ ਦੀ ਧੂਲ ਹਾਂ, ਤੁਹਾਡਾ ਤਾਬੇਦਾਰ। ਮੈਂ ਸੋਮਨਾਥ ਖਜੂਰੀਆ ਨੂੰ ਪਿੱਛੇ ਖੜੋਤੇ, ਮੈਂ ਸਾਰੀ ਉਮਰ ਤੁਹਾਡਾ ਸ਼ੁਕਰ ਗੁਜ਼ਾਰ ਹਾਂ, ਤੁਹਾਡਾ ਮੇਰੇ ਉਪਰ ਸਹਾਨ ਹੈ ਕਿ ਤੁਸੀਂ ਮਿਗੀ ਹਮੇਸ਼ਾ ਬੜਾ ਪਿਆਰ ਔਰ ਬਹੁਤ ਹੀ ਆਸ਼ੀਰਵਾਦ ਦਿੱਤਾ। ਮੈਂ ਜਿੰਨੀਆਂ ਵੀ ਭੈਣਾਂ ਮਾਵਾਂ ਭਰਾ ਇੱਥੇ ਆਏ ਨੇ ਉਹਦੇ ਅੱਗੇ ਬੇਨਤੀ ਕਰਨਾ, ਹੱਥ ਜੋੜੀਏ ਬੇਨਤੀ ਕਰਨਾ, ਉਹਦੇ ਚਰਨੇ 'ਚ ਆਪਣਾ ਮਸਤਕ ਰੱਖੀਏ ਬੇਨਤੀ ਕਰਨਾ ਕਿ ਬਰਾਏ ਮਿਹਰਬਾਨੀ ਆਪਣਾ ਆਸ਼ੀਰਵਾਦ ਮੇਰੇ ਉੱਪਰ ਬਣਾਈ ਰੱਖਿਓ ਔਰ ਅਗਰ ਕੋਈ ਮੇਰੇ ਕੋਲੋਂ ਗਲਤੀ ਹੋਈ ਹੈ, ਜਾਣੇ ਅਣਜਾਣੇ ਜੋ ਹੋਈ ਹੈ ਜਾਂ ਮੇਰੀ ਤਰਫਾਂ ਕਿਸੇ ਦੁੱਖ ਪੁੱਜਿਆ, ਮੈਂ ਉਹਦੇ ਕੋਲ ਸਿਰ ਚੁਕਾਈਏ ਪੈਰ ਰੱਖੀਏ ਮਾਫੀ ਮੰਗੀ ਲੈਣਾ ਵੀ ਮਾਫੀ ਦੇ ਉੜੋ, ਮੈਂ ਤੁਹਾਡੇ ਘਰ ਦਾ ਸਦੱਸ ਹਾਂ, ਅਗਰ ਮੇਰੇ ਕੋਲੋਂ ਕੋਈ ਗਲਤੀ ਹੋਈ ਮੈਂ ਤੁਹਾਡੇ ਕੋਲ ਮਾਫੀ ਕੋਈ ਆਦਮੀ ਦੁੱਖ ਹੋਇਆ ਹੋਏ ਕਿਸੇ ਮੈਂ ਦੁੱਖ ਪਜਾਇਆ ਹੋਏ ਜਾਣੇ ਅਣਜਾਣੇ ਚ ਮੈਂ ਤੁਹਾਡੇ ਚਰਨੇ ਦੀ ਧੂਲ ਤੁਹਾਡੇ ਸਿਰ ਮੱਥੇ ਲਾਈਏ ਮਾਫੀ ਮੰਗੀ ਲੈਣਾ ਔਰ ਤੁਹਾਡੇ ਅੱਗੇ ਅਰਜ ਕਰਨਾ ਕਿ ਤੁਸੀਂ ਆਪਣਾ ਆਸ਼ੀਰਵਾਦ ਜੀ ਤੁਸੀਂ ਹਮੇਸ਼ਾ ਬਣਾਈ ਰੱਖੋ। ਮੈਂ ਭਾਰਤੀ ਜਨਤਾ ਪਾਰਟੀ ਦੇ ਨੇਤ੍ਰਿਤਵ ਰਾਜ ਦੇ ਔਰ ਕੇਂਦਰੀ ਨੇਤ੍ਰਿਤਵ ਦਾ ਖਾਸ ਤੌਰ ਉਪਰ ਯਸ਼ਸਵੀ ਪ੍ਰਧਾਨ ਮੰਤਰੀ ਮਾਨਯ ਨਰਿੰਦਰ ਮੋਦੀ ਜੀ ਦਾ ਪਾਰਟੀ ਦੇ ਅਧਿਆਕਸ਼ ਮਾਨਯ ਜੇਪੀ ਨੱਡਾ ਜੀ ਦਾ ਦੇਸ਼ ਦੇ ਗ੍ਰਹਿ ਮੰਤਰੀ ਮਾਨਯ ਅਮਿਤ ਸ਼ਾਹ ਜੀ ਦਾ ਕੋਟੀ ਕੋਟੀ ਪ੍ਰਣਾਮ ਕਰੀਏ ਧੰਨਵਾਦ ਕਰਨਾ ਕਿ ਉਹਨੇ ਮੇਰੇ ਉੱਪਰ ਭਰੋਸਾ ਕੀਤਾ ਔਰ ਮੀ ਮੌਕਾ ਦਿੱਤਾ ਕਿ ਮੈਂ ਤੁਹਾਡੀ ਸੇਵਾ ਕਰਾਂ। ਮੈਂ ਆਪਣੀ ਸਿਆਸਤ ਵਿਚ ਪਿਛਲੇ 20 ਸਾਲ ਤੋਂ ਜਦੋਂ ਦਾ ਨਗਰੋਟਾ ਦੀ ਸੇਵਾ ਕਰਾਂਗਾ, ਨਾ ਜ਼ਾਤ ਦਾ ਫਰਕ ਦਿਖਿਆ, ਨਾ ਬਰਾਦਰੀ ਦਾ, ਨਾ ਮਜ਼ਹਬ ਦਾ। ਮਾਤਾ ਵੈਸ਼ਨੋ ਦੇਵੀ ਮੇਰੇ ਉੱਪਰ ਆਸ਼ੀਰਵਾਦ ਰੱਖੇ, ਕਦੇ ਕਿਸੇ ਕਨੇ ਫਰਕ ਨਹੀਂ ਹੋਏਗਾ, ਇਮਤਿਆਜ਼ ਨਹੀਂ ਹੋਏਗਾ, ਨਾ ਜ਼ਾਤ ਦਾ, ਨਾ ਬਰਾਦਰੀ ਦਾ, ਨਾ ਮਜ਼ਹਬ ਦਾ।
ਇਨਸਾਨ ਜਿਹੜਾ ਹੈ ਉਹ ਇਨਸਾਨ ਹੈ, ਅੱਛਾ ਇਨਸਾਨ ਅੱਛਾ ਹੈ, ਉਹ ਕਿਸੇ ਵੀ ਜਾਤ ਦਾ ਹੋਏ, ਕਿਸੇ ਵੀ ਜਗ੍ਹਾ ਦਾ ਹੋਏ, ਉਹ ਮੇਰੇ ਸਿਰੇ ਦਾ ਤਾਜ ਹੈ, ਮੈਂ ਉਹਦੀ ਸੇਵਾ ਕਰਾਂ। ਔਰ ਮੈਂ ਯਕੀਨ ਦਿਲਾਉਣਾ ਕਿ ਆਉਣ ਵਾਲੇ ਵਕਤ ਚ ਜੰਮੂ ਕਸ਼ਮੀਰ ਦੇ ਵਿਚ ਇੱਕ ਐਸੀ ਸਰਕਾਰ ਬਣੇਗੀ ਜਿਹੜੀ ਤੁਹਾਡੀ ਸਰਕਾਰ ਹੋਏਗੀ ਔਰ ਤੁਹਾਡੀ ਸੇਵਾ ਦੀ ਸਰਕਾਰ ਹੋਏਗੀ। ਕਈ ਮਸਲੇ ਜਿਨ ਮਸਲੇ ਦਾ ਹੱਲ ਹੋਏਗਾ, ਇੱਥੇ ਡੇਲੀ ਵੇਜਣੇ ਦਾ ਮਸਲਾ ਹੈ। ਅੱਜ ਮੈਂ ਤੁਸੀਂ ਇੱਥੇ ਸੁਣਾਈਏ ਜਾ ਨਾ, ਇੱਥੇ ਖੜੋਤੇ ਨਾ, ਸਰਕਾਰ ਬਣਨੇ ਦੇ 10 ਦਿਨ ਦੇ ਅੰਦਰ ਅੰਦਰ ਡੇਲੀ ਵੇਜਣਾ ਕਰੇ ਅਗਲੇ ਰਾਜ ਨੇ ਐਮਐਸਪੀ ਕੰਸਟੀਚੁਐਂਸੀ ਦੇ ਨੌਜਵਾਨਾਂ ਕੋਲ ਮੇਰਾ ਵਾਅਦਾ ਕਿ ਸਰਕਾਰ ਬਣਨੇ ਦੇ ਔਰ ਦਵਿੰਦਰ ਰਾਣਾ ਜਿਹੜੇ ਵਾਅਦਾ ਕਰਦਾ, ਤੁਸੀਂ ਪਤਾ ਝੂਠਾ ਨਹੀਂ ਹੁੰਦਾ, ਤੁਸੀਂ ਦਿਖੇਗਾ ਮੇਰਾ ਤਜਰਬਾ। ਮੈਂ ਵਾਅਦਾ ਆਦਮੀ ਹਾਂ ਜਿਸਨੇ ਦੰਸਾਲ ਬੁਲਾ ਕੇ ਪੁਲਿਸ ਦੀ ਬਲਾਕ ਭਰਤੀ ਕਰਾਈ ਸੀ ਤੇ 100 ਬੱਚੇ ਲੱਗੇ ਨੇ। ਸਰਕਾਰ ਬਣਨੇ ਦੇ ਅੰਦਰ 6 ਮਹੀਨੇ ਦੇ ਅੰਦਰ ਅੰਦਰ ਹਰ ਪੰਚਾਇਤ ਚ ਕਮ ਸੇ ਕਮ 10 ਬੱਚੇ ਦੀ ਨੌਕਰੀ ਲੱਗੇਗੀ। ਔਰ 1 ਸਾਲ ਦੇ ਅੰਦਰ ਅੰਦਰ ਹਰ ਪੰਚਾਇਤ ਦੇ 30 ਬੱਚੇ ਮਤਲਬ 1500 ਬੱਚੇ ਦੀ ਨੌਕਰੀ ਲੱਗੇਗੀ। ਮੇਰਾ ਤੁਹਾਡੇ ਕੰਨੇ ਵਾਅਦਾ। ਨਰੇਗਾ ਦੀ ਪੇਮੈਂਟ ਲਾਈਨ 2017-2018 ਦੀਆਂ, ਔਰ ਮੈਨੂੰ ਪਤਾ ਸਾਡੇ ਕਈ ਲੋਕ ਹੈ ਜਿਹੜੇ ਪਰੇਸ਼ਾਨੀ ਦਾ ਆਲਮ ਹੈ, ਉਹ ਸਾਰੀ ਪੇਮੈਂਟ ਬਣੀ ਦੀ ਦਸਤਖਤ ਕੋਈ ਨਹੀਂ ਕਰਾਦਾ, ਕਿਉਂਕਿ ਦਸਤਖਤ ਕਰਨਾ ਹੀ ਹੱਥ ਚਾਹੀਦਾ, ਮਜ਼ਬੂਤ ਹੱਥ ਚਾਹੀਦਾ, ਉਹ ਮਜ਼ਬੂਤ ਹੱਥ ਤੁਹਾਡਾ ਹੱਥ ਹੈ। ਕਿਸੇ ਕੰਨੇ ਕੋਈ ਇਮਤਿਆਜ਼ ਨਹੀਂ ਹੋਏਗਾ। ਕਈ ਲੋਕ ਆਖਦੇ ਕੋਈ ਨਵਾਂ ਕੋਈ ਪੁਰਾਣਾ, ਕੋਈ ਪੁਰਾਣਾ ਕੋਈ ਨਵਾਂ, ਕੋਈ ਨਵਾਂ ਨੀ ਕੋਈ ਪੁਰਾਣਾ ਨੀ, ਮੈਂ ਤੁਹਾਡਾ ਨੌਕਰ, ਤੁਸੀਂ ਮੇਰੇ ਮਾਲਕ, ਭਾਵੇਂ ਨਵੇਂ ਮਾਲਕ ਭਾਵੇਂ ਪੁਰਾਣੇ ਮਾਲਕ, ਸਾਰੇ ਬਰਾਬਰੀ ਦਾ ਦਿੱਤਾ ਜਾਏਗਾ, ਕਿਉਂਕਿ ਤੁਸੀਂ ਮੇਰੇ ਸਿਰ ਦੇ ਤਾਜ ਹੋ ਔਰ ਤੁਸੀਂ ਆਪਣੇ ਸਿਰੇ ਦਾ ਤਾਜ ਬਣਾਈ ਰੱਖਾਂਗਾ। ਇਹ ਮੈਂ ਮਾਤਾ ਰਾਣੀ ਦੇ ਸਾਹਮਣੇ ਮੇਰਾ ਵਾਅਦਾ ਹੈ। ਹਰ ਆਦਮੀ ਜਿਹੜਾ ਨਗਰੋਟਾ ਕਾਨਸਟੀਚੁਐਂਸੀ ਦਾ, ਹਰ ਮਹਿਲਾ ਜਿਹੜੀ ਨਗਰੋਟਾ ਕਾਨਸਟੀਚੁਐਂਸੀ ਦੇ, ਹਰ ਨੌਜਵਾਨ ਜਿਹੜਾ ਨਗਰੋਟਾ ਕਾਨਸਟੀਚੁਐਂਸੀ ਦਾ, ਉਹਦੇ ਕੋਲ ਮੇਰਾ ਵਾਅਦਾ ਹੈ ਕਿ ਮੇਰੀ ਜਾਨ ਇਹ ਜਾਨ ਰਹੇਗੀ, ਹਰੇਕ ਦੀ ਸੇਵਾਦਾਰ ਬਣਾਈ ਰੱਖਾਂਗਾ, ਔਰ ਹਰੇਕ ਦਾ ਸੇਵਾਦਾਰ ਬਣੀਏ ਰਵਾਂਗਾ, ਹਰੇਕ ਦਾ ਨੌਕਰ ਬਣੀਏ ਰਵਾਂਗਾ, ਹਰੇਕ ਦਾ ਖਿਦਮਤਗਾਰ ਬਣੀਏ ਰਵਾਂਗਾ, ਔਰ ਹਰੇਕ ਆਪਣੇ ਸਿੱਧੇ ਦੇ ਉੱਪਰ ਬਣਾਵਾਂਗਾ, ਔਰ ਜਿਸ ਵੇਲੇ ਵੀ ਦਿਨੇ ਰਾਤੀ ਕਿਸੇ ਉੱਪਰ ਕੋਈ ਮੁਸੀਬਤ ਆਏਗੀ, ਮਾਤਾ ਰਾਣੀ ਮੇਰੇ ਸਾਹ ਸਾਹ ਰੱਖੇ, ਮੈਂ ਤੁਹਾਡੇ ਚਰਨੇ ਖੜੋਤੇ ਰਵਾਂਗਾ ਪਿੱਛੇ ਦੀ। ਜਨਤਾ ਪਾਰਟੀ, ਨਰਿੰਦਰ ਭਾਈ ਮੋਦੀ ਸਾਹਿਬ, ਇਹ ਜਿਹੜੇ ਆਖਦੇ ਨਾ ਕੋਈ
ਆਖਦਾ ਐਨ ਸੀ ਦੀ ਗੌਰਮੈਂਟ ਬਣਨੀ, ਕੋਈ ਆਖਦਾ ਪੀ ਡੀ ਪੀ ਦੀ ਬਣਨੀ, ਕੋਈ ਆਖਦਾ ਕਾਂਗਰਸ ਦੀ ਬਣਨੀ, ਐਮ ਐਲ ਏ ਕਿਆ ਬਣਨੀ, ਬੀਜੇਪੀ ਦੀ ਕਿਆ ਬਣਨੀ, ਇਹ ਤੁਸੀਂ ਦੱਸਦੇ ਅਸ 6 ਅਕਤੂਬਰ ਕੀ ਤੁਸੀਂ ਆਪਣਾ ਆਸ਼ੀਰਵਾਦ ਰੱਖਿਓ, 7 ਅਕਤੂਬਰ ਕੀ ਦਵਿੰਦਰ ਰਾਣਾ ਦੱਸੇਗਾ ਕਿਆ ਬਣਦੀ। ਔਰ ਉਹ ਹਕੂਮਤ ਕੋਈ ਇਹ ਨੀ ਹੋਗ, ਉਹ ਹਕੂਮਤ ਹੋਗ ਜਿਹੜੀ ਤੁਹਾਡੀ ਹਕੂਮਤ ਹੋਗ, ਤੁਹਾਡੇ ਪਹਿਲੇ ਚ ਹੋਗ, ਤੁਹਾਡੇ ਚੰਨੇ ਚ ਹੋਗ, ਔਰ ਜੰਮੂ ਦੇ ਲਈ, ਜੰਮੂ ਦੇ ਲੋਕਾਂ ਦੇ ਲਈ ਉਹ ਕੰਮ ਕਰੇਗੀ ਕਿ ਜਿਹੜੀ ਤਾਰੀਖ ਲਿਖੇਗੀ ਜੰਮੂ 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 ਜੰਮੂ। ਔਰ ਅਗਰ ਕਿਸੇ ਦੀ ਪਿੱਠ ਲੱਗੇਗੀ ਤੇ ਪਹਿਲੇ ਸਿਰ ਦਵਿੰਦਰ ਰਾਣੇ ਦਾ ਕਟਵਾਏਗਾ, ਫਿਰ ਦੂਆ ਦਾ ਕਟਵਾਏਗਾ। ਹੁਣ ਮੇਰੀ ਤੁਹਾਡੇ ਅੱਗੇ ਇੱਕੋ 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 ਬੇਨਤੀ, ਇਹ ਹੱਥ ਜੋੜੇ ਇੱਕ ਬੇਨਤੀ ਕਰਨੀ, ਕੋਈ ਵੱਡਾ ਉਸਨੇ ਵੀ, ਕੋਈ ਨਿੱਕਾ ਉਸਨੇ ਵੀ, ਹਰ ਘਰ ਜਾਣਾ, ਕੈਂਡੀਡੇਟ ਹਰ ਘਰ ਕੁੱਝ ਨਹੀਂ ਸਕਦਾ, ਮੇਰਾ ਸੁਨੇਹਾ ਲੈ ਜਾਣਾ, ਉਹਦੇ ਚਰਨੇ ਹੀ ਪਾਉਣਾ ਕਿ ਕਮਲ ਦੇ ਫੁੱਲ ਪਰ ਮੋਹਰ ਲਾਈਏ, ਦਵਿੰਦਰ ਰਾਣੇ ਅਸੈਂਬਲੀ ਭਜਾਓ, 1 ਮਹੀਨਾ ਤੁਸੀਂ ਮੀਂਹ ਦੇਣਾ, 5 ਸਾਲ ਮੈਂ ਤੁਹਾਡੀ ਨੌਕਰੀ ਕਰਾਂਗਾ ਬਜ਼ੁਰਗ ਬੈਠੇ ਦੇ, ਬੱਚੇ ਬੈਠੇ ਦੇ, ਮਹਿਲਾਵਾਂ ਬੈਠਣੀਆਂ, ਇਹਦਾ ਆਸ਼ੀਰਵਾਦ ਮਿਲੇਗਾ ਤੇ ਆਵਾਂਗਾ, ਮਾਤਾ ਰਾਣੀ ਦੀ ਕਿਰਪਾ ਹੋਏਗੀ, ਪਹਿਲੇ ਲਈ ਆਓ ਫਿਰ ਦੇਖਿਓ, ਇਹ ਆਸ਼ੀਰਵਾਦ ਰੱਖਿਓ। ਮੈਂ ਇੱਕ ਵਾਰੀ ਫਿਰ ਤੁਹਾਡੇ ਚਰਨੇ ਚ ਆਪਣਾ ਮਸਤਕ ਰੱਖੀਏ, ਆਪਣਾ ਸਿਰ ਤੁਹਾਡੇ ਪੈਰੇ ਰੱਖੀਏ, ਤੁਹਾਡੇ ਅੱਗੇ ਇੱਕ ਬੇਨਤੀ ਕਰਨਾ ਕਿ ਮਾਤਾ ਵੈਸ਼ਨੋ ਦੇਵੀ ਦੀ ਕਿਰਪਾ ਰਵੇ, ਬਾਵੇ ਵਾਲੀ ਮਾਤਾ ਦੀ ਕਿਰਪਾ ਰਵੇ, ਤੁਸੀਂ ਮੇਰੇ ਉੱਪਰ ਆਪਣਾ ਆਸ਼ੀਰਵਾਦ ਰੱਖਣਾ, ਮਿਗੀ ਕੋਈ ਕੈਂਡੀਡੇਟ ਨਹੀਂ ਸਮਝਿਓ, ਮਿਗੀ ਕੋਈ ਇਹ ਨਹੀਂ ਸਮਝਿਓ ਕਿ ਕੈਂਡੀਡੇਟ ਹੈ, ਤੁਸੀਂ ਮੈਂ ਜਾਣਦੇ ਹੋ, ਮੈਂ ਤੁਸੀਂ ਜਾਣਨਾ, ਮੈਂ 24 ਘੰਟੇ ਤੁਹਾਡੇ ਕੰਨੇ ਹਾਂ, ਤੁਸੀਂ ਮੇਰੇ ਕੰਨੇ ਹੋ, ਆਪਣੇ ਪਰਿਵਾਰ ਦਾ ਸਦੱਸਿਆ ਸਮਝੀਏ, ਆਪਣੇ ਘਰ ਦਾ ਇੱਕ ਸਦੱਸਿਆ ਸਮਝੀਏ, ਮੇਰੇ ਲਈ ਵੋਟ ਮੰਗਿਓ, ਮਿਗੀ ਵੋਟ ਦਵਾਇਓ, ਮੈਂ ਸਾਰੀ ਉਮਰ ਤੁਹਾਡਾ ਰਿਣੀ ਰਹੂਗਾ, ਤੁਹਾਡਾ ਕਰਜ਼ਦਾਰ ਰਹੂਗਾ, ਔਰ ਤੁਹਾਡਾ ਸੇਵਾਦਾਰ ਰਹੂਗਾ। ਦਵਿੰਦਰ ਸਿੰਘ ਰਾਣਾ ਸਾਹਿਬ, ਭਾਰਤੀ ਜਨਤਾ ਪਾਰਟੀ, ਨਰਿੰਦਰ ਭਾਈ ਮੋਦੀ ਸਾਹਿਬ, ਇਸ ਦੇਸ਼ ਕੀ ਜੰਮੂ ਕਸ਼ਮੀਰ ਦੀ ਜਿਹੜੀ ਲੜਾਈ ਹੈ ਉਹ ਲੜਾਈ ਰਾਸ਼ਟਰਵਾਦ ਦੀ ਹੈ, ਔਰ ਰਾਸ਼ਟਰਵਾਦ ਦੇ ਖਿਲਾਫ ਉਨ ਤਾਕਤਾਂ ਦੀ ਹੈ ਕੰਨੇ ਹੈ ਜਿਹੜੀਆਂ ਤਾਕਤਾਂ ਜੰਮੂ ਕਸ਼ਮੀਰ ਕੀ ਕਮਜ਼ੋਰ ਕਰੀਏ, ਭਾਰਤ ਕੀ ਕਮਜ਼ੋਰ ਕਰਨਾ ਚਾਹੁੰਦੀਆਂ, ਸਾੜੀ ਦੇ ਤੁਹਾਡੀ ਜੰਮੂ ਕਸ਼ਮੀਰ ਕੀ ਮਜ਼ਬੂਤ ਕਰੀਏ,
ਦੇਸ਼ ਕੀ ਮਜ਼ਬੂਤ ਕਰਚੇ ਔਰ ਯਸ਼ਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਬੇੜਾ ਚੁੱਕਿਆ ਹੈ ਇੱਕ ਨਵਾਂ ਜੰਮੂ ਕਸ਼ਮੀਰ ਬਣਾਉਣਾ ਜਿਹਦੇ ਸਾਰੇ ਬਰਾਬਰੀ ਦਾ ਹੱਥ ਮਿਲੇ ਉਹਦਾ ਸਾਥ ਦੇਣਾ। ਕੱਲ ਨੈਸ਼ਨਲ ਕਾਨਫਰੰਸ ਦਾ ਮੈਨੀਫੈਸਟੋ ਆਇਆ, ਉਹਨੇ ਆਖਿਆ ਅਸੀਂ ਰਿਜ਼ਰਵੇਸ਼ਨ ਖਤਮ ਕਰ ਦਿਆਂਗੇ। ਤੁਸੀਂ ਪੜਿਆ ਹੋਣਾ ਉਹ ਮੈਨੀਫੈਸਟੋ, ਰਿਜ਼ਰਵੇਸ਼ਨ ਜੋ ਬਾਬਾ ਸਾਹਿਬ ਅੰਬੇਦਕਰ ਨੇ ਆਪਣੀ ਕਾਨਸਟੀਟਿਊਸ਼ਨ ਨੇ ਲਿਖੀ ਦੀ ਹੈ ਉਹ ਕਦੇ ਖਤਮ ਨਹੀਂ ਹੋਏਗੀ, ਚਾਹੇ ਉਹਦੇ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ। ਨੈਸ਼ਨਲ ਕਾਨਫਰੰਸ ਮੈਨੀਫੈਸਟੋ ਲਿਖੀ ਜਾ ਦੀ ਹੋਈ, ਪਤਾ ਇੱਥੇ ਕੱਖ ਲੱਭਣਾ ਨਹੀਂ, ਹੁਣ ਛੜੇ ਮੈਨੀਫੈਸਟੋ ਹੀ ਲਿਖੋ। ਇਹ ਮੈਨੀਫੈਸਟੋ ਰਹੀ ਜਾਣਾ ਉੱਥੇ ਹੀ, ਅਸੀਂ ਸਿਸਟਮ ਚਲਾਂਗੇ ਔਰ ਲੋਕਾਂ ਦੇ ਭਲੇ ਲਈ ਚਲਾਂਗੇ। ਹਰ ਵਰਗ ਕੀ, ਹਰ ਇਨਸਾਨ ਕੀ ਇੱਕ ਬਰਾਬਰੀ ਦਾ ਸਥਾਨ ਦੇਈਏ, ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਕਰੀਏ। ਇਸ ਜੰਮੂ ਕਸ਼ਮੀਰ ਕੀ ਇੱਕ ਨਵਾਂ ਜੰਮੂ ਕਸ਼ਮੀਰ ਬਣਾਵਾਂਗੇ, ਇੱਕ ਐਸਾ ਜੰਮੂ ਕਸ਼ਮੀਰ ਜਿਹੜਾ ਤੁਹਾਡਾ ਜੰਮੂ ਕਸ਼ਮੀਰ ਹੋਏਗਾ। ਆਖਰੀ ਫਿਰ ਇਹ ਮੈਂ ਹੱਥ ਜੋੜੇ ਪਕੜੇ ਆਪਣਾ ਆਸ਼ੀਰਵਾਦ ਮੇਰੇ ਉੱਪਰ ਰੱਖਿਓ, ਇਹ ਸਾਰੇ ਦੇ ਚਰਨੇ ਪੰਨਾ ਮੇਰੇ ਉੱਪਰ ਆਪਣਾ ਆਸ਼ੀਰਵਾਦ ਰੱਖਿਓ ਔਰ ਤੁਹਾਡਾ ਆਸ਼ੀਰਵਾਦ ਮੇਰੇ ਉੱਪਰ ਰੋਕ ਸਾਰੇ ਉੱਪਰ ਸਾਰੇ ਮੇਰੀ ਇੱਕ ਬੇਨਤੀ ਹੈ ਕਿ ਆਪਣਾ ਆਸ਼ੀਰਵਾਦ ਮੇਰੇ ਉੱਪਰ ਰੱਖਿਓ ਔਰ ਮੈਂ ਤੁਸੀਂ ਯਕੀਨ ਦਿਲਾਨਾ ਕਿ ਅਗਰ ਤੁਸੀਂ ਆਪਣਾ ਆਸ਼ੀਰਵਾਦ ਮੇਰੇ ਉੱਪਰ ਰੱਖਦੇ ਹੋ ਔਰ ਆਪਣਾ ਸਹਿਯੋਗ ਜਿਹਾ ਪਿਆਰ ਤੁਸੀਂ ਮੈਂ 20 ਸਾਲ ਦੇ ਤੁਹਾਡੀ ਅੱਜ ਵੀ ਹਜ਼ਾਰੇ ਦੀ ਤਾਦਾਦ ਮੇਰੇ ਸਾਥੀ ਇੱਥੇ ਇਕੱਠੇ ਹੋਏ ਨਿੱਕੀ ਵਿਸ਼ਵਾਸ ਹੈ ਕਿ ਤੁਹਾਡੇ ਆਸ਼ੀਰਵਾਦ ਦੇ ਕੰਨੇ ਮੈਂ ਤੁਹਾਡੀ ਨੁਮਾਇੰਦਗੀ ਕਰਨਾ ਤੇ ਤੁਹਾਡੀ ਪਿੱਠ ਨਹੀਂ ਲੱਗਣ ਦਿਆਂਗਾ। ਇਹ ਮੇਰਾ ਤੁਹਾਡੇ ਕੰਨੇ ਵਾਅਦਾ ਹੈ। ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤੀਯ ਜਨਤਾ ਪਾਰਟੀ ਜ਼ਿੰਦਾਬਾਦ, ਭਾਰਤੀਯ ਜਨਤਾ ਪਾਰਟੀ ਜ਼ਿੰਦਾਬਾਦ, ਭਾਰਤੀਯ ਜਨਤਾ ਪਾਰਟੀ ਜ਼ਿੰਦਾਬਾਦ, ਯਸ਼ਸਵੀ ਪ੍ਰਧਾਨ ਮੰਤਰੀ ਮਾਨਯ ਨਰਿੰਦਰ ਮੋਦੀ ਜੀ ਜ਼ਿੰਦਾਬਾਦ, ਯਸ਼ਸਵੀ ਪ੍ਰਧਾਨ ਮੰਤਰੀ ਮਾਨਯ ਨਰਿੰਦਰ ਮੋਦੀ ਜੀ ਜ਼ਿੰਦਾਬਾਦ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ। ਦਵਿੰਦਰ ਸਿੰਘ ਰਾਣਾ ਜੀ ਕੇ ਸਵਾਗਤ ਹੈ ਔਰ ਦਵਿੰਦਰ ਸਿੰਘ ਰਾਣਾ ਜੀ ਨੇ ਬੜਾ ਐਲਾਨ ਵੀ ਕਰ ਦਿਆ ਹੈ।